ਮਾਨਯੋਗ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀ ਇੰਸਟਰਕਸ਼ਨਸ ਦੇ ਅਕੋਰਡਿੰਗਲੀ ਅੱਜ ਪੂਰੇ ਭਾਰਤ ਵਿੱਚ ਨੈਸ਼ਨਲ ਲੋਕ ਅਦਾਲਤ ਡੇ ਰੱਖਿਆ ਗਿਆ ਜਿਹਦੇ ਵਿੱਚ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਸਾਡੇ ਵੱਲੋਂ 8 ਬੈਂਚ ਬਣਾਏ ਗਏ ਨੇ ਜਿਹਦੇ ਵਿੱਚੋਂ 7 ਬੈਂਚ ਰੈਗੂਲਰ ਕੋਰਟਸ ਅਤੇ 1 ਪਰਮਾਨੈਂਟ ਲੋਕ ਅਦਾਲਤ ਦਾ ਬੈਂਚ ਬਣਾਇਆ ਗਿਆ। ਸਾਡੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਟੋਟਲ 1512 ਕੇਸਿਸ ਅੱਜ ਲੋਕ ਅਦਾਲਤ ਦੇ ਵਿੱਚ ਲਾਏ ਗਏ ਨੇ ਅਤੇ ਹਰ ਜੱਜ ਸਾਹਿਬਾਨ ਵੱਲੋਂ ਪੂਰੀ ਕੋਸ਼ਿਸ਼ ਹੈ ਕਿ 1512 ਦੇ ਵਿੱਚੋਂ ਸਾਰੇ ਦੇ 100% ਕੇਸਿਸ ਦੇ ਵਿੱਚ ਅਸੀਂ ਲੋਕਾਂ ਦਾ ਲੋਕ ਅਦਾਲਤ ਦੇ ਵਿੱਚ ਨਿਪਟਾਰਾ ਕਰੀਏ। ਲੋਕ ਅਦਾਲਤ ਦੇ ਵਿੱਚ ਸਿਵਲ ਹਰ ਇੱਕ ਤਰ੍ਹਾਂ ਦੀ ਕੈਟਾਗਰੀਜ਼ ਦੇ ਕੇਸਿਸ ਲਗਾਏ ਗਏ ਹਨ ਅਤੇ ਕ੍ਰਿਮੀਨਲ ਕੇਸਿਸ ਦੇ ਵਿੱਚ ਕ੍ਰਿਮੀਨਲ ਕੰਪਾਊਂਡੇਬਲ ਓਫੈਂਸਿਸ ਦੇ ਕੇਸਿਸ ਲਗਾਏ ਗਏ ਹਨ। ਲੋਕ ਅਦਾਲਤ ਦੇ ਵਿੱਚ ਕੇਸ ਲਾਉਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਜਿਹੜਾ ਫੈਸਲਾ ਲੋਕ ਅਦਾਲਤ ਵਿੱਚ ਹੁੰਦਾ ਹੈ ਉਸਦੀ ਬਾਅਦ ਵਿੱਚ ਅਪੀਲ ਜਾਂ ਰਿਵਿਊ ਰਿਵੀਜ਼ਨ ਕਿਸੇ ਵੀ ਤਰ੍ਹਾਂ ਦੀ ਨਹੀਂ ਪਾਈ ਜਾਂਦੀ, ਜਿਸ ਤੋਂ ਭਾਵ ਇਹ ਹੈ ਕਿ ਪਾਰਟੀਆਂ ਦਾ ਫੁੱਲੀ ਐਂਡ ਫਾਈਨਲੀ ਸੈਟਲਮੈਂਟ ਸਾਰੀ ਹੋ ਜਾਂਦੀ ਹੈ। ਇਸ ਦੇ ਨਾਲ ਧਿਰਾਂ ਦਾ ਜੋ ਪੈਸੇ ਦਾ ਖਰਚਾ ਹੈ ਉਹਦਾ ਵੀ ਬਚਾਅ ਹੁੰਦਾ ਹੈ ਅਤੇ ਇਸ ਤੋਂ ਇਲਾਵਾ ਸਿਵਲ ਕੇਸਿਸ ਦੇ ਵਿੱਚ ਜਿਹੜੀ ਪਾਰਟੀ ਵੱਲੋਂ ਕੋਰਟ ਫੀਸ ਲਾਈ ਜਾਂਦੀ ਹੈ ਉਹ ਕੋਰਟ ਫੀਸ ਵੀ ਰਿਫੰਡ ਕੀਤੀ ਜਾਂਦੀ ਹੈ। ਹਾਂਜੀ, ਸਾਡੇ ਅੱਜ ਦੇ ਲੋਕ ਅਦਾਲਤ ਦੇ ਵਿੱਚ ਫੈਮਿਲੀ ਕੋਰਟ ਦੇ ਵਿੱਚ ਜੱਜ ਸਾਹਿਬਾਨ ਵੱਲੋਂ 2 ਪਾਰਟੀ ਦੇ ਕੇਸਿਸ ਸੀ ਕਿ ਉਹਨਾਂ ਦੀਆਂ 6 ਤੋਂ 7 ਕੇਸਿਸ ਚੱਲ ਰਹੇ ਸਨ, ਹਸਬੈਂਡ ਵਾਈਫ ਮੈਟਰੀਮੋਨੀਅਲ ਡਿਸਪਿਊਟ ਸੀਗਾ, ਉਹ ਜੱਜ ਸਾਹਿਬਾਨ ਵੱਲੋਂ ਉਹਨਾਂ ਦਾ ਰਾਜ਼ੀਨਾਮਾ ਕਰਵਾ ਕੇ 6 ਦੇ 6 ਕੇਸਿਸ ਦੇ ਵਿੱਚ ਡਿਸਪੋਜ਼ ਆਫ ਕੀਤੇ ਗਏ ਨੇ।